Z5 ऐप डाउनलोड करो ते देखो पूरे एपिसोड बिल्कुल फ्री। ਇਹ ਦੋਨੋਂ ਇੱਥੇ ਕੀ ਕਰ ਰਹੀਆਂ ਨੇ? ਤੇਰੇ ਪਾਪਾ ਬਾਰੇ ਇਹਨਾਂ ਨੂੰ ਕਿੰਨੇ ਦੱਸਿਆ? ਤੂੰ ਚੱਲ ਆ ਪੁੱਤਰ। ਸਤਿ ਸ਼੍ਰੀ ਅਕਾਲ ਆਂਟੀ। भैन जी, वह दरअसल बच्चों का सारी जिंदगी कट्ठिया रहने का फैसला सी, इस करके इन्होंने मंदिर च विआह कर लिया। इन्होंने तो मैनू भी इस बारे कोई खबर नहीं दिती। मनुस बरशगनी, हुन मैं समझी कि इन्हां नूं अचानक दिल दा दौरा पिया किवें। जेदे इस मनुस दा व्याह मेरे पुत्तर नाल होया, इन्ने तां मेरे घरवाले नूं मौत दे मुंह ते पहुंचाता। नहीं नहीं भैन जी, इहदे च मेरी धी दा कोई कसूर नहीं है। उहनूं कोई भी दोष ना दो, सगो इन्हां दा कसूर कड्ढण नालों चंगा ਤੁਸੀਂ ਇਹਨਾਂ ਨੂੰ ਆਉਣ ਵਾਲੀ ਜ਼ਿੰਦਗੀ ਦਾ ਆਸ਼ੀਰਵਾਦ ਦਿਓ। ਤੂੰ ਆਪਣਾ ਪਾਸ਼ਾ ਬੰਦ ਕਰ ਤੇ ਮੈਨੂੰ ਨਾ ਸਿਖਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ। ਮੰਮੀ ਮੰਮੀ ਕੀ ਕਰ ਰਹੇ ਹੋ? ਇਹ ਕੋਈ ਤਰੀਕਾ ਹੈ? ਮੰਮੀ ਪਲੀਜ਼ ਛੱਡ ਦਿਓ। ਚੱਲ ਨਿਕਲ ਇੱਥੋਂ, ਮੇਰੇ ਘਰ ਵਾਲੇ ਤੋਂ ਆਪਣਾ ਕਾਲਾ ਸਾਇਆ ਦੂਰ ਰੱਖ। ਚੱਲ ਭੈਣ ਜੀ ਛੱਡੋ। ਭੈਣ ਜੀ ਕੀ ਕਰ ਰਹੇ ਹੋ ਤੁਸੀਂ? ਮੰਮੀ ਪਲੀਜ਼ ਸਬਰ, ਤੂੰ ਪਿੱਛੇ ਹੋ ਜਾ। ਭੈਣ ਜੀ ਨਾ। ਚੱਲ ਤੂੰ। ਭੈਣ ਜੀ ਛੱਡੋ, ਭੈਣ ਜੀ ਛੱਡੋ ਮੇਰੀ ਧੀ ਨੂੰ। ਭੈਣ ਜੀ ਬੱਚੀ ਆ ਉਹ, ਇਦਾਂ ਨਾ ਕਰੋ ਭੈਣ ਜੀ, ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਮੰਮੀ ਪਲੀਜ਼ ਇਦਾਂ ਨਾ ਕਰੋ। ਮੇਰੇ ਤੇ ਮੇਰੇ ਪੁੱਤਰ ਦੀ ਜ਼ਿੰਦਗੀ 'ਚ ਨਾ ਦੁਬਾਰਾ ਕਦਮ ਰੱਖਣ ਦੀ ਕੋਸ਼ਿਸ਼ ਨਾ ਕਰੀ, ਕਿਉਂਕਿ ਨਾ ਤਾਂ ਮੈਂ ਤੈਨੂੰ ਕੁਝ ਸਮਝਦੀ ਹਾਂ ਤੇ ਨਾ ਹੀ ਇਸ ਵਿਆਹ ਨੂੰ। ਤੂੰ ਵੀ ਮੇਰੀ ਗੱਲ ਕੰਨ ਖੋਲ ਕੇ ਸੁਣ ਲੈ। ਜੇ ਤੂੰ ਇਸ ਕੁੜੀ ਨੂੰ ਘਰ ਲਿਆਉਣ ਦੀ ਗੱਲ ਕੀਤੀ ਤਾਂ ਤੂੰ ਮੇਰਾ ਮਰਨ ਨੂੰ ਦੇਖੇਗਾ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।